ਸਸ਼िकांत ਤੁਸੀਂ ਦੇਖ ਰਹੇ ਹੋ ਸਾਡੇ ਨਾਲ ਟੀਵੀ ਮੈਂ ਹਰ ਜਸਸੀ ਕੌਰ ਵੈਲਿੰਗਟਨ ਦੇ ਵਾਸ਼ ਜਿੱਥੇ ਪਾਣੀ ਦੀ ਕਮੀ ਚੱਲ ਰਹੀ ਹੈ ਉੱਥੇ ਹੀ ਨਵਾਂ ਖੁਲਾਸਾ ਹੋਇਆ ਹੈ ਕਿ ਵੈਲਿੰਗਟਨ ਦੇ ਤਕਰੀਬਨ ਅੱਧੇ ਪਾਈਪਾਂ ਦੀ ਸਥਿਤੀ ਖਰਾਬ ਤੋਂ ਬੱਧਰ ਹੈ ਇਨਸਰਚ ਬੀਤੇ ਸਾਲ ਮਈ ਮਹੀਨੇ ਦੇ ਵਿੱਚ ਹੋਈ ਸੀ ਤੇ ਵੈਲਿੰਗਟਨ ਸਿਟੀ ਕਾਉਂਸਲ ਨੂੰ ਅਕਤੂਬਰ ਮਹੀਨੇ ਦੇ ਵਿੱਚ ਦਿੱਤੀ ਗਈ ਇਸ ਵਾਰ ਸਾਹਮਣੇ ਆਇਆ ਕਿ ਇਹਨਾਂ ਸਾਰੇ ਪਾਈਪਾਂ ਦੀ ਹਾਲਾਤ ਇੰਨੇ ਕੁ ਖਰਾਬ ਨੇ ਕਿ ਹਿੰਨਿਤ ਦੂਜੇ ਦਿਨ ਲੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਰਿਸਰਚ ਦੇ ਵਿੱਚ ਪਾਈਪਾਂ ਦੀ ਉਮਰ ਮਟੀਰੀਅਲ ਤੇ ਜਾਂਚ ਰਿਕਾਰਡ ਦਰਜ ਕੀਤੇ ਗਏ ਨੇ ਇਸ ਰਿਸਰਚ ਦੇ ਅਵਾਂਿ ਚ ਇਹ ਸਾਹਮਣੇ ਆਇਆ ਕਿ ਤਕਰੀਬਨ 46% ਪਾਈਪਾਂ ਦੀ ਹਾਲਤ ਖਰਾਬ ਤੋਂ ਬਹੁਤ ਜ਼ਿਆਦਾ ਖਰਾਬ ਹੈ ਤੇ ਇਹ ਪਾਈਪ ਵੇਸਟ ਵਾਟਰ ਤੇ ਪੀਣ ਵਾਲੇ ਪਾਣੀ ਦੇ ਲਈ ਵਰਤੇ ਜਾਂਦੇ ਨੇ ਉੱਜਰਵਲਿੰਗਟ ਸਿਟੀ ਦੇ ਮੇਅਰ ਦੇ ਮੁਤਾਬਿਕ ਇਹ ਅਹ ਅੰਕੜੇ ਕਾਫੀ ਨਿਰਾਸ਼ ਕਰਨ ਵਾਲੇ ਨੇ ਪਰ ਹੈਰਾਨ ਕਰਨ ਵਾਲੇ ਨਹੀਂ ਨੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਾਜ਼ਾ ਸੀ ਕਿ ਅਜਿਹੀ ਹਾਲਤ ਇਨਪਾਈਪਾਂ ਦੀ ਜ਼ਰੂਰ ਹੈ ਉਹਨੇ ਵੀ ਕਿਹਾ ਕਿ ਇੱਕ ਪਾਟ ਅਪਟ 1 ਬਿਲੀਅਨ ਡਾਲਰ ਹੋਣ ਇਨਪਾਈਪਾਂ ਦੀ ਮੁਰੰਮਤ ਤੇ ਇਨਫਰਾਸਟ੍ਰਕਚਰ ਤੇ ਲੌਂਗ ਟਰਮ ਪਲਾਨ ਦੇ ਲਈ ਲਗਾਏ ਜਾਣਗੇ